ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕ ਮੋਬਾਈਲ ਫੋਨ ਆਪਣੇ ਸਿਰਹਾਣੇ ਦੇ ਹੇਠਾਂ ਰੱਖ ਕੇ ਹੀ ਸੌਂਦੇ ਹਨ। ਹਾਲਾਤ ਇਹ ਹਨ ਕਿ ਬਿਨਾਂ ਮੋਬਾਈਲ ਫੋਨ ਇਸਤੇਮਾਲ ਕੀਤੇ ਜਾਂ ਕੋਈ ਸੀਰੀਜ਼ ਜਾਂ ਵੀਡੀਓ ਵੇਖੇ ਬਗੈਰ ਲੋਕਾਂ ਨੂੰ ਨੀਂਦ ਹੀ ਨਹੀਂ ਆਉਂਦੀ। ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਤਾਂ ਆਸਾਨ ਕਰ ਦਿੱਤੀ ਹੈ, ਪਰ ਇਹ ਹੌਲੀ ਹੌਲੀ ਸਾਡੀ ਉਮਰ ਘੱਟ ਕਰ ਰਿਹਾ ਹੈ। ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਾਡੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੁੰਦੀਆਂ ਹਨ। ਇਹਨਾਂ ਨਾਲ ਡਿਪਰੈਸ਼ਨ, ਤਣਾਅ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਮੋਬਾਈਲ ਆਪਣੇ ਕੋਲ ਰੱਖ ਕੇ ਸੌਣ ਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ, ਕਿਉਂਕਿ ਇਹ ਤੁਹਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਆਓ ਹੁਣ ਜਾਣਦੇ ਹਾਂ ਕਿ ਸੌਂਦੇ ਸਮੇਂ ਮੋਬਾਈਲ ਫੋਨ ਕੋਲ ਰੱਖ ਕੇ ਸੌਣ ਦੇ ਕੀ ਹੁੰਦੇ ਹਨ ਨੁਕਸਾਨ। ਸਭ ਤੋਂ ਪਹਿਲਾਂ ਦਿਮਾਗ 'ਤੇ ਪੈਂਦਾ ਹੈ ਨਕਾਰਾਤਮਕ ਪ੍ਰਭਾਵ। ਜੇਕਰ ਤੁਸੀਂ ਵੀ ਰਾਤ ਨੂੰ ਸੌਂਦੇ ਸਮੇਂ ਮੋਬਾਈਲ ਫੋਨ ਸਿਰਹਾਣੇ ਦੇ ਹੇਠਾਂ ਜਾਂ ਸੀਨੇ 'ਤੇ ਰੱਖ ਕੇ ਸੌਂਦੇ ਹੋ ਤਾਂ ਆਪਣੀ ਇਹ ਆਦਤ ਛੇਤੀ ਹੀ ਛੱਡ ਦਿਓ, ਕਿਉਂਕਿ ਇਹ ਤੁਹਾਡੇ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ। ਰਾਤ ਦੇ ਸਮੇਂ ਮੋਬਾਈਲ ਕੋਲ ਰੱਖ ਕੇ ਸੌਣ ਨਾਲ ਦਿਮਾਗ 'ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਮੋਬਾਈਲ ਫੋਨ ਰੱਖ ਕੇ ਸੌਣ ਦੀ ਆਦਤ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਨਾਲ ਕੈਂਸਰ ਅਤੇ ਟਿਊਮਰ ਵਰਗੀਆਂ ਘਾਤਕ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਅੱਗੇ ਹੁਣ ਗੱਲ ਕਰਦੇ ਹਾਂ ਨੀਂਦ ਨਾ ਆਉਣ ਦੀ ਸਮੱਸਿਆ ਦੀ। ਰਾਤ ਨੂੰ ਸਾਡੇ ਸਰੀਰ ਵਿੱਚ ਮੈਲਾਟੋਨਿਨ ਨਾਮ ਦਾ ਹਾਰਮੋਨਸ ਨਿਕਲਦਾ ਹੈ, ਜੋ ਸਰੀਰ ਨੂੰ ਨੀਂਦ ਲਈ ਤਿਆਰ ਕਰਦਾ ਹੈ। ਪਰ ਰਾਤ ਦੇ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਨਾਲ ਫੋਨ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਦੇ ਕਾਰਨ ਇਹ ਹਾਰਮੋਨ ਠੀਕ ਢੰਗ ਨਾਲ ਰਿਲੀਜ਼ ਨਹੀਂ ਹੋ ਪਾਉਂਦਾ ਅਤੇ ਨੀਂਦ ਨਹੀਂ ਆਉਂਦੀ। ਹੁਣ ਦੱਸਦੇ ਹਾਂ ਅਗਲੇ ਨੁਕਸਾਨ ਬਾਰੇ। ਰਾਤ ਨੂੰ ਮੋਬਾਈਲ ਫੋਨ ਤੋਂ ਦੂਰ ਰਹੋ, ਕਿਉਂਕਿ ਇਸ ਦੇ ਜ਼ਿਆਦਾ ਇਸਤੇਮਾਲ ਨਾਲ ਸਰੀਰ ਵਿੱਚ ਕੋਰਟੀਜੋਨ ਨਾਮਕ ਸਟ੍ਰੈਸ ਹਾਰਮੋਨ ਦਾ ਪੱਧਰ ਵੱਧਦਾ ਹੈ ਅਤੇ ਤੁਸੀਂ ਨੀਂਦ ਦੇ ਦੌਰਾਨ ਵੀ ਤਣਾਅ ਦੇ ਵਿੱਚ ਰਹਿੰਦੇ ਹੋ। ਫੋਨ ਕੋਲ ਰੱਖ ਕੇ ਸੌਣਾ ਨਾ ਸਿਰਫ ਕੈਂਸਰ ਵਰਗੀ ਬਿਮਾਰੀ ਦਾ ਖਤਰਾ ਰਹਿੰਦਾ ਹੈ, ਸਗੋਂ ਇਸ ਨਾਲ ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਕਈ ਗੁਣਾ ਵੱਧ ਜਾਂਦੀ ਹੈ। ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਨਾਲ ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਦਿਮਾਗ ਦੀਆਂ ਨਸਾਂ ਸੁੰਗੜਨ ਲੱਗਦੀਆਂ ਹਨ, ਜਿਸ ਕਾਰਨ ਦਿਮਾਗ ਵਿੱਚ ਆਕਸੀਜਨ ਦੀ ਸਹੀ ਮਾਤਰਾ ਨਹੀਂ ਪਹੁੰਚਦੀ। ਮੋਬਾਈਲ ਫੋਨ ਦੀ ਰੇਡੀਏਸ਼ਨ ਦੇ ਪ੍ਰਭਾਵ ਕਾਰਨ ਹੀ ਅੱਜ ਕੱਲ੍ਹ ਲੋਕਾਂ ਵਿੱਚ ਡਿਪਰੈਸ਼ਨ ਅਤੇ ਤਣਾਅ ਵਰਗੀਆਂ ਬਿਮਾਰੀਆਂ ਦਾ ਪੱਧਰ ਵੱਧਦਾ ਜਾ ਰਿਹਾ ਹੈ।